ਬਲਦਾਨ ਸਮਾਂ ਨਹੀਂ ਦੇਖਦਾ, ਸਮੇਂ ਦੇ ਮੱਥੇ ਤੇ ਅੰਕਿਤ ਹੋ ਜਾਂਦਾ ਔਰ ਆਵਾਜ਼ ਗੂੰਜਦੀ ਹੈ ਕਿ ਸਖਤੀਆਂ ਸਹਿਣੇ ਕੇ ਲੀਏ ਪੱਥਰ ਕਾ ਜਿਗਰ ਪੈਦਾ ਕਰੋ ਔਰ ਕੌਮ ਕੀ ਖਾਤਰ, ਦੇਸ਼ ਕੀ ਖਾਤਰ ਜੋ ਕੱਟ ਸਕੇ ਵੋ ਸਰ ਪੈਦਾ ਕਰੋ। ਭਾਵਨਾ ਇੱਕ ਸ਼ਹੀਦ ਦੀ ਭਾਵਨਾ ਹੈ, ਇਸ ਤੋਂ ਉੱਚੀ ਭਾਵਨਾ, ਇਸ ਤੋਂ ਸਰਵੋੱਚ ਭਾਵਨਾ ਦੁਨੀਆਂ 'ਚ ਕੋਈ ਹੋ ਨਹੀਂ ਸਕਦੀ ਜਿਹੜੀ ਆਪਦੀ ਮਾਤਰ ਭੂਮੀ ਦੇ ਉਤਥਾਨ ਦੇ ਲਈ ਸਰਵਸਵ ਨਿਸ਼ਾਵਰ ਕਰਦੇ। ਅਤੇ ਮੈਂ ਅੱਜ ਸ਼ਹੀਦਾਂ ਤੋਂ ਸੇਧ ਲੈਣ ਆਇਆ ਔਰ ਇਹ ਐਲਾਨ ਕਰਦਾ ਕਿ ਕਾਂਗਰਸ ਦੇ ਹਰ ਵਰਕਰ ਪੰਜਾਬ ਦੇ ਹਰ ਬਛਿੰਦੇ 'ਚ ਇਹ ਹਕੀਕਤ, ਹਕੀਕਤ ਮਤਲਬ ਸੱਚਾਈ, ਇਹ ਸੱਚ ਤੇ ਹੱਕ ਦੀ ਅਲਖ ਜਗਾਉਣੀ ਹੈ ਔਰ ਪੰਜਾਬ ਦੇ ਉਥਾਨ ਦੇ ਸਾਧਨ ਉਹਨਾਂ ਤੱਕ ਪਹੁੰਚਾਉਣੇ ਆ। ਸਾਧਨ ਕੀ ਹੈ? ਉਹ ਪੰਜਾਬ ਮਾਡਲ ਜਿਹੜਾ ਪੰਜਾਬ ਨੂੰ ਖੁਸ਼ਹਾਲ ਬਣਾਉ, ਉੱਠੀ ਰਾਹ ਤੇ ਤੁਰਿਆਂ ਨੂੰ ਸਿੱਧੀ ਰਾਹ ਦੇ ਉੱਤੇ ਕਰੂ ਤੇ ਕਾਂਗਰਸ ਹਾਈ ਕਮਾਂਡ ਦਾ ਦਿੱਤਾ ਪ੍ਰੋਗਰਾਮ ਜਿਹੜਾ ਸਰੀਆ ਬਣੇ ਹਰ ਕਾਰਜਕਰਤਾ, ਕਾਂਗਰਸ ਦੇ ਕਾਰਜਕਰਤਾ ਔਰ ਹਰ ਪੰਜਾਬੀ ਨੂੰ ਹਿੱਸੇਦਾਰ ਬਣਾਵੇ, ਭਾਗੀਦਾਰ ਬਣਾਵੇ, ਸ਼ੇਅਰ ਹੋਲਡਰ ਬਣਾਵੇ ਤੇ ਲੋਕਾਂ ਦੀ ਦਿੱਤੀ ਤਾਕਤ ਲੋਕਾਂ ਕੋਲ ਡਿਵੈਲਪਮੈਂਟ ਦੇ ਰੂਪ 'ਚ ਵਾਪਸ ਆਵੇ। ਇਸੇ ਕਰਕੇ ਮੈਂ ਅਲਖ ਜਗਾਉਣਾ ਚਾਹੁੰਦਾ ਕਾਂਗਰਸ ਦੇ ਕਾਰਜਕਰਤਾ ਦੇ ਵਿੱਚ ਤੇ ਹਰ ਪੰਜਾਬੀ 'ਚ, ਕਿਉਂਕਿ ਇਹ ਹੱਕ ਸੱਚ ਦੀ ਜਿਹੜੀ ਸੋਚ ਦੀ ਲੜਾਈ ਹੈ, ਇਹ ਮੋਰਲ ਅਥੋਰਟੀ ਦੇ ਨਾਲ ਆਏਗੀ, ਇਹ ਨੈਤਿਕਤਾ ਦੀ ਤਾਕਤ ਦੇ ਨਾਲ ਆਏਗੀ, ਇਹ ਸੱਚ ਦੀ ਧਰਾਤਲ ਦੇ ਉੱਤੇ ਖੜ ਕੇ ਸਭ ਕੁਛ ਨਿਸ਼ਾਵਰ ਕਰਕੇ ਆਏਗੀ। ਇਹਦੇ ਅੱਗੇ ਕੋਈ ਉਹਦਾ ਨਹੀਂ, ਕਿਉਂਕਿ ਪੰਜਾਬ ਤੋਂ ਉੱਤੇ ਕੁਛ ਨਹੀਂ, ਪੰਜਾਬ ਹੀ ਸਾਡੀ ਸੋਚ ਹੋਣੀ ਚਾਹੀਦੀ ਹੈ। ਇੱਕ ਦੂਜੇ ਨੂੰ ਗਾਲਾਂ ਕੱਢ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਪੰਜਾਬ ਉੱਤੇ ਨਹੀਂ ਆਉਣਾ, ਉਹ ਰਾਹ ਸਿੱਧੀ ਰਾਹ ਉਹਦੇ 'ਤੇ ਚੱਲ ਕੇ ਹੀ ਪੰਜਾਬ ਉੱਤੇ ਆਉਣਾ। ਗੱਲ ਚੱਲਦੀ ਹੈ ਜਦੋਂ ਪੰਜਾਬੀ ਮੈਂ ਆਹਵਾਨ ਕਰਦਾ ਅੱਜ ਹਰ ਪੰਜਾਬੀ ਨੂੰ, ਹਰ ਬਛਿੰਦੇ ਨੂੰ, ਕਾਂਗਰਸ ਦੇ ਵਰਕਰ ਨੂੰ ਕਿ ਲਈਏ ਇਹ ਸੋਚ ਸ਼ਹੀਦੀ ਔਰ ਨਿਸਵਾਰਥ ਭਾਵਨਾ ਦੇ ਨਾਲ ਅੱਜ ਪੰਜਾਬ ਦਾ ਉਤਥਾਨ ਕਰੀਏ, ਪੰਜਾਬ ਨੂੰ ਖੜਾ ਕਰੀਏ।